मम्मी पापा मैंने शादी कर ली और मैं बहुत खुश हूँ, मैंने अपनी मर्जी से शादी की है, मेरे ऊपर किसी ने कोई दबाव किसी भी तरह का दबाव नहीं डाला है, तो आप भी खुश रहो। मैंने इस लड़के से शादी की है, देख इससे शादी की है, और आप मेरी टेंशन मत लेना, ये मुझे हमेशा खुश रखेगा। हमें लगभग 11-12 साल हो गए, मैं इसके साथ ही हूँ तब से, बस मैंने अपना बयान दिया है, मेरा बयान वही रहेगा। आप लोग सोचोगे कि आप लोग आओगे और मेरे को ले जाओगे, ऐसा नहीं होगा। अब मेरा जो भी अभी यही है और यही रहेगा, मेरे को इसी के साथ रहना। तो आप मेरे ऊपर दबाव डालोगे या कुछ करोगे, ऐसा कुछ नहीं रहे, कुछ नहीं। मैं इसके साथ बहुत खुश हूँ, और कल को आप ऐसा कदम मत उठाना जिससे मेरे पति को कुछ हो जाए, क्योंकि मैं आपके खिलाफ हो जाऊंगी। अब मेरा जो भी है, अब मेरा यही है और यही रहेगा हमेशा। तो आप भी टेंशन ना लो, मैं बहुत खुश रहूंगी इसके साथ और हमेशा बहुत खुश रहूंगी। ये तस्वीरां उस कुड़ी दियां ने जिसने अपने मापियां नू बिना दसे अपने प्रेमी दे नाल व्याह करवा लिया, फिर वीडियो बना के अपने मापियां नू सुनेहा भी भेज दिता, जिस दे विच कह रही है कि मैं अपने पति दे नाल बेहद खुश हाँ, तुसी भी खुश रहो। ਜੇਕਰ ਕੋਈ ਮੇਰੇ ਪਤੀ ਨੂੰ ਨੁਕਸਾਨ ਪਹੁੰਚਾਇਆ ਤਾਂ ਮੈਂ ਤੁਹਾਡੇ ਖਿਲਾਫ ਹੋ ਜਾਵਾਂਗੀ। ਮਾਮਲਾ ਮੰਡੀ ਦਾ ਹੈ, ਕੁੜੀ ਦੇ ਘਰ ਦੇ ਵਿਆਹ ਨੂੰ ਨਹੀਂ ਮੰਨੇ ਤਾਂ ਲੜਕੀ ਘਰੋਂ ਭੱਜ ਕੇ ਕੋਰਟ ਚਲੀ ਗਈ, ਜਿੱਥੇ ਉਸਨੇ ਆਪਣੇ ਪ੍ਰੇਮੀ ਦੇ ਨਾਲ ਲਵ ਮੈਰਿਜ ਕਰਵਾ ਲਈ। ਮਾਪਿਆਂ ਨੂੰ ਬਿਨਾਂ ਦੱਸੇ ਹੀ ਕੁੜੀ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ, ਤਾਂ ਦੂਜੇ ਬੰਨੇ ਮਾਪਿਆਂ ਨੇ ਵੀ ਆਪਣੀ ਧੀ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਅੱਗ ਲਗਾ ਦਿੱਤੀ, ਇੱਕ ਇੱਕ ਚੀਜ਼ ਨੂੰ ਅੱਗ ਹਵਾਲੇ ਕਰ ਦਿੱਤਾ। ਅੰਤਰਜਾਤੀ ਵਿਆਹ ਤੋਂ ਨਾਰਾਜ਼ ਹੋਏ ਕੁੜੀ ਦੇ ਮਾਪੇ, ਵਿਆਹ ਤੋਂ ਬਾਅਦ ਕੁੜੀ ਨੇ ਪਹਿਲਾ ਬਿਆਨ ਦੇ ਦਿੱਤਾ, ਵਟਸਐਪ ਤੇ ਆਪਣੇ ਮਾਪਿਆਂ ਨੂੰ ਤਸਵੀਰਾਂ ਵੀ ਭੇਜ ਦਿੱਤੀਆਂ, ਜਿਸ ਤੋਂ ਬਾਅਦ ਮਾਪਿਆਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਗਈ। ਤਾਂ ਹੁਣ ਲੜਕੀ ਦੇ ਵੱਲੋਂ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਆਪਣੇ ਪਤੀ ਦੇ ਨਾਲ ਬੇਹੱਦ ਖੁਸ਼ ਹੈ। ਤਸਵੀਰਾਂ ਦੇ ਵਿੱਚ ਉਸਨੇ ਆਪਣੇ ਪਤੀ ਦਾ ਵੀ ਫੇਸ ਦਿਖਾ ਦਿੱਤਾ ਕਿ ਮੈਂ ਇਸ ਮੁੰਡੇ ਦੇ ਨਾਲ ਵਿਆਹ ਕਰਵਾਇਆ, ਤੁਸੀਂ ਕੋਈ ਨੁਕਸਾਨ ਪਹੁੰਚਾਉਣ ਦੀ ਸੋਚੋ ਵੀ ਨਾ, ਨਹੀਂ ਮੈਂ ਤੁਹਾਡੇ ਖਿਲਾਫ ਹੋ ਜਾਵਾਂਗੀ। ਮਾਪਿਆਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੱਕ ਦਿਨ ਉਹਨਾਂ ਦੀ ਧੀ ਜਿਸ ਨੂੰ ਲਾਡਾ ਚਾਵਾਂ ਦੇ ਨਾਲ ਪਾਲਿਆ ਸੀ, ਉਹ ਅਜਿਹਾ ਕਦਮ ਚੁੱਕੇਗੀ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾ ਲਵੇਗੀ। ਇੰਟਰਕਾਸਟ ਵਿਆਹ ਇਸ ਲੜਕੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਕੋਰਟ ਦੇ ਵਿੱਚ ਜਾ ਕੇ ਕਰਵਾਇਆ ਗਿਆ। ਹਾਲਾਂਕਿ ਮਾਪਿਆਂ ਨੇ ਇਸ ਨੂੰ ਮਨਾਉਣ ਦੀ ਕੋਸ਼ਿਸ਼ ਕਾਫੀ ਕੀਤੀ, ਪਰ ਇਹ ਲੜਕੀ ਆਪਣੇ ਸਹੁਰੇ ਘਰ ਹੀ ਰਹਿਣ ਦੇ ਲਈ ਰਾਜ਼ੀ ਹੈ, ਜੋ ਇਸਨੇ ਵੀਡੀਓ ਦੇ ਵਿੱਚ ਕਹਿ ਦਿੱਤਾ। ਮੇਰੀ ਲੜਕੀ 15/7/2024 ਕੋ ਕਿਸੀ ਜਾਤੀ ਆਪਣੀ ਜਾਤੀ ਛੋੜ ਕਰ ਦੂਸਰੀ ਜਾਤੀ ਨੇ ਵਿਵਾਹ ਆਪਣੀ ਮਰਜ਼ੀ ਸੇ ਕਰ ਚੁੱਕੀ ਹੈ, ਔਰ ਹਮਨੇ ਮਸਟਿਮ ਕੋ ਇੱਕ ਅਰਜੀ ਦੀ ਥੀ ਜਿਸਮੇ ਹਮ ਚੌਵੀ ਸਾਤ ਚਾਰ ਕੋ ਹਮ ਐਸ ਡੀ ਐਮ ਸਾਹਮਣੇ ਬੁਲਾਇਆ, ਔਰ ਵਹਾਂ ਐਸ ਡੀ ਐਮ ਕੇ ਸਾਹਮਣੇ ਹਮਨੇ ਬਾਤੇਂ ਕੀ ਔਰ ਲੜਕੀ ਕੋ ਮਨਾਨੇ ਕੀ ਕੋਸ਼ਿਸ਼ ਕੀ, ਔਰ ਲੜਕੀ ਨਹੀਂ ਮਾਨੀ, ਆਨੇ ਕੇ ਲੀਏ ਨਹੀਂ ਮਾਨੀ, ਔਰ ਹਮਨੇ ਲੜਕੀ ਕੋ ਕਹਿ ਦਿਆ ਜੋ ਵੀ ਤੇਰੀ ਘਰ ਕੀ ਨਿਸ਼ਾਨੀਆਂ ਹੈ ਹਮ ਘਰ ਜਾ ਕੇ ਉਨਕੋ ਜਲਾ ਦੇਂਗੇ, ਔਰ ਹਮਾਰਾ ਸੰਬੰਧ ਆਪਕੇ ਸਾਥ ਕੋਈ ਸੰਬੰਧ ਨਹੀਂ ਹੈ, ਔਰ ਘਰ ਆ ਕਰ ਹਮਨੇ ਜੋ ਵੀ ਨਿਸ਼ਾਨੀਆਂ ਲੜਕੀ ਕੀ ਥੀ ਵੋ ਉਸੀ ਦਿਨ ਜਲਾ ਕਰ ਰਾਖ ਕਰ ਦੀ ਹੈ, ਔਰ ਮੇਰੀ ਅਪੀਲ ਸਭੀ ਅਭਿਭਾਵਕੋ ਸੇ ਯਹੀ ਹੈ ਕਿ ਜੋ ਵੀ ਆਪਣੇ ਬੱਚੋਂ ਕਾ ਖਿਆਲ ਰੱਖੇ ਔਰ ਭਵਿਸ਼ਯ ਮੇਂ ਐਸਾ ਹੋਣੇ ਸੇ ਬਚਾਏ, ਭਵਿਸ਼ਯ ਮੇਂ ਐਸੇ ਹੋਣੇ ਸੇ ਬਚਾਏ
कभी भी और उनका देखभाल करें। एक बात और कहना चाहता हूँ कि मेरी सरकार से यह मांग है कि अब विवाह जो विवाह हो रहे हैं अंतर जातियों के, और उसको मैं यही कहना चाहता हूँ कि जो भी शादी आप कोर्ट में हो जाए उसके माता पिता, दोनों तरफ के माता पिता हाजिर होने चाहिए, तभी विवाह संपूर्ण होना चाहिए। और कभी भी ऐसा हो तो बहुत खुश की बात होगी और विवाह भी अच्छे ढंग से होगा।